ਦਰਸ਼ਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਪ੍ਰੋਗਰਾਮ ਵਿੱਚ ਕੀਤੇ ਗਏ ਦਾਅਵਿਆਂ ਦੀ ਪ੍ਰਮਾਣਿਕਤਾ ਦੀ ਜਾਂਚ ਕਰ ਲੈਣ। ਸਸਤੀਗਲ ਜੀ ਡੀਡੀ ਪੰਜਾਬੀ ਦੇ ਇਸ ਖਾਸ ਮੰਚ ਤੇ ਮੈਮਨੀਸ਼ ਇਕਵਫਟ ਤੋਂ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦਾ। ਸੁ ਦਰਸ਼ਕੋਨੋ ਇੰਤਜ਼ਾਰ ਰਿਹਾ ਹੈ ਕਿ ਨਵੀਂ ਅਪਡੇਟਸ ਇਥੇ ਲੈ ਕੇ ਅਸੀਂ ਸਮਝ ਤੇ ਹਾਜ਼ਰ ਹੋਈ ਹੈ ਕਿ ਇਮੀਗ੍ਰੇਸ਼ਨ ਲਾਈਨ ਦੇ ਵਿੱਚ ਕੀ ਨਵਾਂ ਚੱਲਿਆ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਅਗਲਾ ਕਰੀਬ ਅੱਧਾ ਘੰਟਾ ਤੁਹਾਡੇ ਲਈ ਅਹਿਮ ਸਾਬਿਤ ਹੋ ਸਕਦਾ ਕਿਉਂਕਿ ਓਮ ਗਲੋਬਲ ਤੋਂ ਵੀਜ਼ਾ ਏਕਸਪਰਟ ਬੀਨੇ ਹਰੀ ਸਨਾਜ ਇਸ ਮੰਚ ਤੇ ਕੁਵਰਫੇਰ ਤੋਂ ਹਾਜ਼ਰ ਨੇ ਸੋ ਕੀ ਰਿਹਾ ਪਿਛਲੇ ਕੁਝ ਸਮੇਂ ਦੇ ਵਿੱਚ ਵਿਦਿਆਰਥੀ ਵੀਜ਼ਾ ਪ੍ਰਣਾਲੀ ਦਾ ਹਾਲ ਔਰ ਆਉਣ ਵਾਲੇ ਜਿਨ੍ਹਾਂ ਵਿੱਚ ਕਿਸ ਤਰ੍ਹਾਂ ਦਾ ਰੁਖ ਅਖਤਿਆਰ ਕਰ ਸਕਦੇ ਨੇ ਵਕ ਵਕ ਕੰਟਰੀ ਜਿਵੇਂ ਆਸਟ੍ਰੇਲੀਆ ਦੀ ਗੱਲ ਕਰ ਲਈ ਹੈ ਕੈਨੇਡਾ ਦੀ ਗੱਲ ਕਰ ਲਈ ਨਿਊਜ਼ੀਲੈਂ ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਵਿਨੇਹ ਜੀ ਅੱਜ ਉਸ ਤੋਂ ਬਾਅਦ ਜਾਣਾਂਗੇ ਕਿ ਕੀ ਟ੍ਰੈਂਡ ਚੱਲ ਰਹੇ ਨੇ ਅੱਜ ਦੀ ਡੇਟ ਦੇ ਵਿੱਚ ਇਮੀਗ੍ਰੇਸ਼ਨ ਲਾਈਨ ਦੇ ਵਿੱਚ ਸੋ ਵਿਨੇਹ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਸੋ ਵਿਨੇਹ ਜੀ ਪਿਛਲੇ ਕਾਫੀ ਸਮੇਂ ਤੋਂ ਦੇਖਣ ਵਿੱਚ ਆਇਆ ਸੀ ਕਿ ਉਤਾਰ ਚੜਾਅ ਵੇਖਣ ਨੂੰ ਮਿਲੇ ਨੇ ਕੁਝ ਕੰਟਰੀਜ਼ ਜਿਹੜੀਆਂ ਨੇ ਵੀਜ਼ਾ ਦੇਣਾ ਸ਼ੁਰੂ ਕਰ ਦਿੱਤਾ ਕੁਝ ਕੰਟਰੀਆਂ ਨੇ ਥੋੜਾ ਜਿਹਾ ਹੱਥ ਘੁੱਟ ਲਿਆ ਵੀਜ਼ਾ ਦੇਣੇ ਬੰਦ ਕਰ ਦਿੱਤੇ ਸੋ ਅੱਜ ਵੇਖਣ ਨੂੰ ਮਿਲਦਾ ਹੈ ਕਿ ਕੈਨੇਡਾ ਦੇ ਵੀ ਰਿਫਿਊਜ਼ਲ ਆ ਰਹੇ ਨੇ ਆਸਟ੍ਰੇਲੀਆ ਦੇ ਵੀ ਰਿਫਿਊਜ਼ਲ ਆ ਰਹੇ ਨੇ ਸੋ ਵਿਦਿਆਰਥੀ ਡਰ ਰਿਹਾ ਕੀ ਕਿਤੇ ਜੈਗਰਾਜ ਯੂਨੀਵਰਸਿਟੀ ਅਪਲਾਈ ਕਰਨਾ ਚਾਹੁੰਦਾ ਹੈ ਕੁਝ ਟਾਈਮ ਵੇਟ ਕਰੇ ਕਿ ਕਿ ਵੀਜ਼ੇ ਪ੍ਰਣਾਲੀ ਜਾਂ ਰੂਲ ਸਾਹਮਣੇ ਆ ਜਾਣ ਜਾਂ ਫਿਰ ਹੁਣ ਤੋਂ ਅਪਲਾਈ ਕਰਕੇ ਰਿਸਕ ਲਵੇ ਕੋਈ ਜਦੋਂ ਵੀ ਕਦੀ ਕੋਈ ਕੰਮ ਸ਼ੁਰੂ ਹੁੰਦਾ ਵਾ ਉਹਦਾ ਇੱਕ ਤਰੀਕਾ ਹੁੰਦਾ ਕੰਮ ਨੂੰ ਕਰਨ ਦਾ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਓਮ ਗਲੋਬਲ ਜਲੰਧਰ ਹੈਲਪਲਾਈਨ 73075 30886 ਤੇ 85910 18586 ਹੈਲਪਲਾਈਨ 73075 30886 ਤੇ 85910 18586 ਜੀ ਅੱਜ ਬਾਹਰ ਜਾਣਾ ਕਿ ਪੰਜਾਬੀਆਂ ਵਾਸਤੇ ਬੜੀ ਪ੍ਰਾਊਡ ਵਾਲੀ ਗੱਲ ਹੈ ਕਿ ਅੱਜ ਪੰਜਾਬ ਤੋਂ ਪਿੰਡਾਂ ਤੋਂ ਲੋਕ ਬਾਹਰ ਜਾਂਦੇ ਆ ਪੜ੍ਹਨ ਵਾਸਤੇ ਜਾਂਦੇ ਆ ਮжоਰਿਟੀ ਪੰਜਾਬੀ ਸੂਬਿਆਂ ਦੇ ਬੱਚੇ ਅੱਜ ਬਾਹਰ ਜਾ ਕੇ ਪੜ੍ਹਦੇ ਨਹੀਂ ਪਏ ਉੱਥੇ ਜਾ ਕੇ ਪੜ੍ਹਾਈ ਛੱਡ ਦਿੰਦੇ ਆ ਅੱਜ ਬੱਚਾ ਏਜੰਟ ਦੇ ਦਫ਼ਤਰ 'ਚ ਜਾ ਕੇ ਸਭ ਤੋਂ ਪਹਿਲਾਂ ਪੁੱਛਦਾ ਕਿਸੇ ਤਰੀਕੇ ਮੈਨੂੰ ਪੀਆਰ ਦੱਸੋ ਪੀਆਰ ਮੈਨੂੰ ਕਿਹੜੀ ਕੰਟਰੀ 'ਚ ਦੇਗੀ ਅਸੀਂ ਕੰਟਰੀ 'ਚ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਆਪਣਾ ਹੱਕ ਸਮਝ ਲੈਣੇ ਆ ਉਸ ਕੰਟਰੀ 'ਤੇ ਕਿ ਮੈਂ ਤਾਂ ਫੀਸ ਤਾਰੂੰਗਾ ਜੀ 6 ਮਹੀਨੇ ਸਾਲ ਦੀ ਮੈਨੂੰ ਪੀਆਰ ਦੱਸੋ ਪਹਿਲਾਂ ਕਿੱਦਾਂ ਹੋਏਗੀ ਜਿਹੜੇ ਵੀ ਸਟੂਡੈਂਟ ਇਸ ਮੋਟਿਵ ਦੇ ਨਾਲ ਬਾਹਰ ਜਾਣਾ ਚਾਹੁੰਦੇ ਸੀਗੇ ਬੜੀ ਸ਼ਟ ਬੈਕ ਲੱਗੀ ਉਹਨਾਂ ਸਟੂਡੈਂਟ ਨੂੰ ਅੱਜ ਦਾ ਜੋ ਸੱਚ ਹੈਗਾ ਉਹ ਇਹ ਸੱਚ ਹੈ ਕਿ ਪੰਜਾਬੀ ਸੂਬਿਆਂ ਦੇ ਵਿੱਚ ਪੰਜਾਬੀ ਬੋਲਣ ਵਾਲੇ ਪੰਜਾਬੀ ਸਟੂਡੈਂਟ ਨੂੰ ਅੱਜ ਹਾਈ ਰਿਸਕ ਸਟੇਟ ਬਣਾ ਦਿੱਤਾ ਗਿਆ ਵਾ ਅੱਜ ਹਾਈ ਰਿਸਕ ਸਟੇਟ ਵਾਲੇ ਬੱਚੇ ਮੰਨੇ ਜਾਂਦੇ ਆ ਪੰਜਾਬੀ ਬੱਚਿਆਂ ਨੂੰ ਅੱਜ ਕਿਸੇ ਵੀ ਕੰਟਰੀ 'ਚ ਵੀਜ਼ਾ ਅਪਲਾਈ ਹੁੰਦਾ ਬੜੇ ਵੱਖਰੇ ਤਰ੍ਹਾਂ ਦੇ ਰੂਲ ਲੱਗਦੇ ਆ ਪੰਜਾਬ ਦੇ ਸਟੂਡੈਂਟ ਦੇ ਉੱਤੇ ਜਦੋਂ ਅਸੀਂ ਅਮਰੀਕਾ ਦੀ ਗੱਲ ਕਰਦੇ ਹਾਂ ਠੀਕ ਹੈ ਅਮਰੀਕਾ ਨੇ ਕਦੀ ਵੀਜ਼ਾ ਨਹੀਂ ਦਿੱਤੇ ਪੰਜਾਬ ਦੇ ਵਿੱਚ ਸਾਰੇ ਏਜੰਟਾਂ ਨੇ ਮਿਹਨਤ ਕੀਤੀ ਸਾਡਾ ਵੀ ਥੋੜਾ ਬੋਤਾ ਰੋਲ ਸੀਗਾ ਵਿੱਚ ਉਹਦੇ ਪ੍ਰੋਮੋਸ਼ਨ ਹੋਈ ਕੇਸ ਚੁੱਕੇ ਕੇਸ ਚੁੱਕ ਕੇ ਐਮਬੈਸੀ ਨੂੰ ਭੇਜੇਗੇ ਚੰਗੇ ਬੱਚੇ ਨੂੰ ਵੀਜ਼ਾ ਮਿਲਿਆ ਜਿਹੜੇ ਬੱਚੇ ਨੂੰ ਵੀਜ਼ਾ ਮਿਲਿਆ ਉੱਥੇ ਜਾ ਕੇ ਪੜਦਾ ਹੀ ਨਹੀਂ ਪਿਆ ਅੱਜ ਬੱਚਾ ਇਥੋਂ ਵੀਜ਼ਾ ਲੈ ਕੇ ਉੱਥੇ ਪਹੁੰਚਣ ਤੱਕ ਸੀਮੇ ਤੱਕ ਆ ਉਹ ਸੋਚਦਾ ਮੈਂ ਪਹਿਲਾਂ 25-50 ਲੱਖ ਰੁਪਏ ਖਰਚ ਕੇ ਜਾਂਦਾ ਸੀ ਬਾਰਡਰ ਕ੍ਰੋਸ ਕਰਦਾ ਸੀਗਾ ਅੱਜ ਮੈਂ ਲੀਗਲ ਤਰੀਕੇ ਨਾਲ ਸਟੂਡੈਂਟ ਵੀਜ਼ਾ ਲੈ ਕੇ ਜਾਈ ਜਾ ਰਿਹਾ ਤਾਂ ਵੀ ਸਟੂਡੈਂਟ ਪੜ੍ਹਦੇ ਨਹੀਂ ਪੇ ਜਾ ਕੇ ਉੱਥੇ ਵਧੇਰੀ ਜਾਣਕਾਰੀ ਲਈ ਸੰਪਰਕ ਕਰੋ ਓਮ ਗਲੋਬਲ ਜਲੰਧਰ ਹੈਲਪਲਾਈਨ 73075 30886 ਤੇ 85910 18586 ਹੈਲਪਲਾਈਨ 73075 30886 ਤੇ 85910 18586 ਅੱਜ ਅਮਰੀਕਾ ਮੈਸੀ ਦਾ ਸਕਸੈਸ ਰੇਟ ਵੀ 10% ਰਹਿ ਗਿਆ ਜਿਹੜਾ 25-30% ਸੀਗਾ ਸਟੂਡੈਂਟ ਨਹੀਂ ਪੜਦਾ ਪਿਆ ਉੱਥੇ ਜਾ ਕੇ ਬਾਹਰ ਜਾਣ ਵਾਲੀ ਗੱਲ ਹੈ ਕਾਰੋਬਾਰ ਬਹੁਤ ਵੱਡੇ ਲੈਵਲ ਤੇ ਸ਼ੁਰੂ ਹੋ ਗਏ ਆਮ ਜਿਹੜੇ ਐਸਟਡੀ ਪੀਸੀਓ ਲੋਕ ਚਲਾਉਂਦੇ ਸੀ ਕੋਈ ਸਾਈਬਰ ਕੈਫੇ ਚਲਾਉਂਦਾ ਸੀ ਇਦਾਂ ਦੇ ਸਾਰੇ ਲੋਕ ਇਹ ਕਾਰੋਬਾਰ ਸ਼ੁਰੂ ਕਰ ਗਏ ਅੱਜ ਕਚਹਿਰੀਆਂ ਦੇ ਬਾਹਰ ਕਾਗਜ਼ ਵੇਚਣ ਵਾਲੇ ਬੰਦੇ ਨੇ ਵੀ ਇਹ ਕੰਮ ਸ਼ੁਰੂ ਕਰ ਲਿਆ ਸੀਗਾ ਹੁਣ ਇਹ ਚੀਜ਼ਾਂ ਕਾਫੀ ਹੱਦ ਤੱਕ ਦੁਬਾਰਾ ਫਿਰ ਸਕਰੂਟੀਨਾਈਜ਼ ਕੀਤੀਆਂ ਗਈਆਂ ਅੱਜ ਵੀਜ਼ਾ ਉਸ ਸਟੂਡੈਂਟ ਨੂੰ ਮਿਲਣਾ ਜਿਹਦੀ ਪਰਸੈਂਟੇਜ ਚੰਗੀ ਸੀ ਇੱਕ ਬੜੀ ਵੱਡੀ ਚੀਜ਼ ਆਸਟ੍ਰੇਲੀਆ ਅੰਬੈਸੀ ਨੇ ਥੋੜੇ ਦਿਨ ਪਹਿਲਾਂ ਕੱਢੀ ਆ ਆਸਟ੍ਰੇਲੀਆ ਅਦੇ ਕੁਝ ਕਾਲਜਾਂ ਵੱਲੋਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੂੰ ਬੈਨ ਕਰ ਦਿੱਤਾ ਗਿਆ ਥੈਟ ਮੀਨਸ ਜਿਹੜਾ ਬੰਦਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਚੋਂ ਪੜਿਆ ਉਹਨੂੰ ਦਾਖਲਾ ਨਹੀਂ ਮਿਲੂਗਾ ਕਿਉਂ ਨਹੀਂ ਮਿਲੇਗਾ ਅਸੀਂ ਵੀ ਪਰੇਸ਼ਾਨ ਸੀ ਕਿ ਇਦਾਂ ਤਾਂ ਫਿਰ ਪੰਜਾਬ ਵੀ ਸੂਬੇ ਦੇ ਲੋਕ ਬਾਹਰ ਹੀ ਨਹੀਂ ਜਾਣ ਪਾਣਗੇ ਜੋ ਕਾਲਜ ਯੂਨੀਵਰਸਿਟੀਆਂ ਨੇ ਅੱਜ ਸਾਡੇ ਸਾਹਮਣੇ ਸੱਚ ਲਿਆਂਦਾ ਵੈ ਅਸੀਂ ਵੀ ਉਸ ਚੀਜ਼ ਨੂੰ ਨਹੀਂ ਛੁਟਲਾ ਸਕਦੇ ਅੱਜ ਜਦੋਂ 12ਵੀਂ ਦਾ ਰਿਜ਼ਲਟ ਆਂਦਾ 12ਵੀਂ ਦੇ ਚ ਕਿਸੇ ਸਟੂਡੈਂਟ ਦੇ 70% ਨੰਬਰ ਆ ਕਿਸੇ ਸਟੂਡੈਂਟ ਦੇ 80% ਨੰਬਰ ਆ ਜਦੋਂ ਵੀ ਕੋਈ ਬੱਚਾ 12ਵੀਂ ਕਲਾਸ ਦਾ ਪੇਪਰ ਦਿੰਦਾ ਉਹਦੇ ਚ ਦੋ ਤਰ੍ਹਾਂ ਦੇ ਮਾਰਕਸ ਹੁੰਦੇ ਆ ਇੱਕ ਇੰਟਰਨਲ ਅਸੈਸਮੈਂਟ ਉਸ ਸਕੂਲ ਔਰ ਕਾਲਜ ਨੇ ਕਰਨੀ ਹੁੰਦੀ ਜਿੱਥੇ ਬੱਚਾ ਪੜ੍ਹਦਾ ਹੋਇਆ ਇੱਕ ਬੱਚੇ ਦੇ ਇਗਜ਼ਾਮ ਦੇ ਨੰਬਰ ਹੁੰਦੇ ਆ ਲੈਟਸ ਸੁਪੋਜ਼ ਇਗਜ਼ਾਮ ਦੇ ਨੰਬਰਾਂ ਦੀ ਗੱਲ ਕਰ ਲਈਏ ਉਹਦੇ ਚ ਬੱਚੇ ਦੇ ਹੁੰਦੇ ਆ 40% ਜਿਹੜਾ ਇੰਟਰਨਲ ਅਸੈਸਮੈਂਟ ਦੇ ਨੰਬਰ ਮਿਲੇ ਹੁੰਦੇ ਉਹ ਮਿਲੇ ਹੁੰਦੇ 90% ਜਿਹੜਾ ਰਿਜ਼ਲਟ ਬਣਦਾ ਔਰ ਰਿਜ਼ ਬਟ ਇਹ 70% ਵਾਲਾ ਸਟੂਡੈਂਟ ਐਗਜ਼ੈਕਟ ਚ 70% ਨਹੀਂ ਹੁੰਦਾ ਇਹ 40% ਹੀ ਹੁੰਦਾ ਵਾ ਜੇਕਰ ਤੁਹਾਡੀ ਪੜਾਈ ਦੇ ਵਿੱਚੋਂ ਤੁਹਾਡੇ 70% ਨੰਬਰ ਆ ਇੰਟਰਨਲ ਟੈਸਟ ਵਾਲੇ ਨੰਬਰ ਕੱਢ ਕੇ ਗੱਲ ਕਰਦੇ ਪਏ ਆ ਫਿਰ ਤੁਸੀਂ ਐਲੀਜੀਬਲ ਜੇ ਬਟ ਐਦਾਂ ਦੇ ਸਟੂਡੈਂਟ ਬਹੁਤ ਥੋੜੇ ਸੀਗੇ ਜਿਹਦੇ ਕਰਕੇ ਆਸਟ੍ਰੇਲੀਆ ਨੇ ਅੱਜ ਨੱਥ ਪਾਈ ਆ ਆਸਟ੍ਰੇਲੀਆ ਨੇ ਵੀਜ਼ਾ ਦੇਣਾ ਬੰਦ ਕਰ ਦਿੱਤਾ ਵਾ ਵਧੇਰੀ ਜਾਣਕਾਰੀ ਲਈ ਸੰਪਰਕ ਕਰੋ ਓਮ ਗਲੋਬਲ ਜਲੰਧਰ ਹੈਲਪਲਾਈਨ 73075 30886 ਤੇ 85910 18586 ਹੈਲਪਲਾਈਨ 73075 30886 ਤੇ 85910 18586 ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਬੱਚਿਆਂ ਦੀ ਜਿਹੜੇ ਪੜੇ ਪੜ੍ਹਾਈ ਕੀਤੀਆਂ ਫਾਈਲਾਂ ਉਹ ਸਾਰੀਆਂ ਦੀਆਂ ਸਾਰੀਆਂ ਫਾਈਲਾਂ ਇਸ ਟਾਈਮ ਐਮਬੈਸੀ ਰੋਕ ਕੇ ਬੈਠੀ ਹੋਈ ਹੈ ਉਹ ਵੀ ਇਹਨਾਂ ਡਿਸੀਜਨ ਲੈ ਪਾਰੇ ਕਿ ਇਹਨਾਂ ਨੂੰ ਵੀਜ਼ਾ ਦਿੱਤਾ ਜਾਏ ਜਾਂ ਰਿਫਿਊਜ਼ ਕੀਤਾ ਜਾਏ ਨਵੇਂ ਦਾਖਲੇ ਬੰਦ ਹੋ ਚੁੱਕੇ ਆ ਇਹ ਆਸਟ੍ਰੇਲੀਆ ਦਾ ਸੱਚ ਆ ਅੱਜ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਸੀਬੀਐਸਸੀ ਦੇ ਵਿੱਚ ਪੜ੍ਹੇ ਹੋ 60% ਤੋਂ ਉੱਤੇ ਨੰਬਰ ਹੈਗੇ ਆ 6 ਬੈਂਡ ਆਇਲਸ ਦੇ ਹੈਗੇ ਆ ਫਿਰ ਅਪਲਾਈ ਕਰਿਓ ਪੰਜਾਬ ਸਕੂਲ ਬੋਰਡ ਚੋਂ ਪੜ੍ਹੇ ਹੋ ਨੰਬਰ ਘੱਟ ਆ ਨਾ ਅਪਲਾਈ ਕਰਿਓ ਆਪਣੇ ਪੈਸੇ ਖਰਾਬ ਕਰ ਬੈਠੋਗੇ ਜੀ ਸੋ ਵੀਰੇ ਜੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਬੱਚੇ ਪੜ੍ਹੇ ਨੇ ਕਿ ਕੁਜੀ ਕਾਲਜ ਨੇ ਉਹਨਾਂ ਨੇ ਐਡਮਿਸ਼ਨ ਬੰਦ ਕੀਤੇ ਆ ਨਹੀਂ ਜਾਂ ਫਿਰ ਸਾਰੇ ਹੀ ਕਾਲਜਾਂ ਨੇ ਜਿਹੜੇ ਐਡਮਿਸ਼ਨ ਬੰਦ ਕਰ ਦਿੱਤੇ ਦੇਖੋ ਮжоਰਿਟੀ ਕਾਲਜ ਯੂਨੀਵਰਸਿਟੀਆਂ ਵਾਲੇ ਪਹਿਲਾਂ ਹੀ ਖੁਸ਼ ਨਹੀਂ ਸੀਗੇ ਪੰਜਾਬ ਦੇ ਵਿੱਚ ਕੰਮ ਕਰਕੇ ਜੀ ਬਟ ਦੋ ਤਿੰਨ ਕਾਲਜਾਂ ਨੇ ਸਿੱਧੀਆਂ-ਸਿੱਧੀਆਂ ਈਮੇਲ ਕਰਤੀਆਂ ਸਾਰੇ ਏਜੰਟਸ ਨੂੰ ਕਿ ਅਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਬੱਚਾ ਨਹੀਂ ਲੈਣਾ ਉਹਨੂੰ ਚਲਦਿਆਂ ਦੇਖਦੇ ਆ ਆ ਜਿਹੜੇ ਲੈਂਦੇ ਵੀ ਸੀਗੇ ਉਹਨਾਂ ਨੇ ਵੀ ਆਪਣੀ ਐਂਟਰੀ ਰਿਕੁਆਇਰਮੈਂਟ ਵਧਾ ਦਿੱਤੀ ਕਿ ਨਹੀਂ ਜੀ ਸਾਨੂੰ 70% ਵਾਲਾ ਦਿਓ ਜੇਕਰ ਕੋਈ ਸੀਓਈ ਈਸ਼ੂ ਕਰਦਾ ਵੀ ਪਿਆਵਾ ਉਹਦੇ باوجود ਵੀ ਉਹਦਾ ਵੀਜ਼ਾ ਨਹੀਂ ਆ ਰਿਹਾ ਜਦੋਂ ਕਿਸੇ ਦਾ ਵੀਜ਼ਾ ਹੀ ਨਹੀਂ ਆਣਾ ਤੇ ਕਿਉਂ ਕੋਈ ਦਾਖਲਾ ਦੇਗਾ ਜੀ ਸੋ ਵਿਨੇ ਜੀ ਤੁਸੀਂ ਆਸਟ੍ਰੇਲੀਆ ਦੀ ਗੱਲ ਹੈ ਵੀ ਆਸਟ੍ਰੇਲੀਆ ਵੀਜ਼ਾ ਕਿਉਂ ਰਿਫਿਊਜ਼ ਹੋ ਰਹੇ ਕੈਨੇਡਾ ਦਾ ਵੀ ਵੇਖਣ ਨੂੰ ਆਇਆ ਕਿ ਪਿਛਲੇ ਦਿਨੀ ਵੀਜ਼ੇ ਕਾਫੀ ਰਿਫਿਊਜ਼ ਹੋਏ ਨੇ ਵੱਡੀ تعداد ਦੇ ਵਿੱਚ ਵਿਦਿਆਰਥੀ ਨੇ ਫਾਈਲਾਂ ਲਾਈਆਂ ਸੀ ਬਟ ਉਹਨਾਂ ਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪਿਆ ਸੋ ਕੈਨੇਡਾ ਦੇ ਵਿੱਚ ਰਿਫਿਊਜ਼ਲ ਦੇ ਕੀ ਕਾਰਨ ਨੇ ਕੈਨੇਡਾ ਦੇ ਵਿੱਚ ਦੂਜਾ ਜਿਹੜਾ ਰਿਫਿਊਜ਼ਲ ਦਾ ਕਾਰਨ ਹੈ ਉਹਦੇ ਪਿੱਛੇ ਸਭ ਤੋਂ ਵੱਡਾ ਮੋਟਿਵ ਹੈ ਬੱਚਾ ਪ੍ਰੈਕਟੀਕਲ ਕੋਰਸਾਂ ਦੇ ਵਿੱਚ ਅਪਲਾਈ ਕਰੀ ਜਾ ਰਿਹਾ ਬੱਚਾ ਵੋਕੇਸ਼ਨਲ ਕੋਰਸਾਂ ਦੇ ਵਿੱਚ ਅਪਲ ਲੋਗੇ ਤੋਂ ਹਰ ਸਾਲ-ਸਾਲ ਦੋ-ਦੋ ਸਾਲ ਦੇ ਡਿਪਲੋਮਿਆਂ ਦੇ ਵਿੱਚ ਦਾਖਲੇ ਲੈਂਦੇ ਸੀ ਜਿਦੇ ਕਰਕੇ ਬਹੁਤ ਵੱਡੇ ਲੈਵਲ ਤੇ ਰਿਫਿਊਜ਼ਲ ਆਈ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਓਮ ਗਲੋਬਲ ਜਲੰਧਰ ਹੈਲਪਲਾਈਨ 73075 3886 ਤੇ 85910 18586 ਹੈਲਪਲਾਈਨ 73075 3886 ਤੇ 85910 18586 ਜੇਕਰ ਕੈਨੇਡਾ ਦਾ ਪੈਰਾਮੀਟਰ ਬਣਿਆ ਕਿ 60% ਤੋਂ ਘੱਟ ਦਾਖਲਾ ਨਹੀਂ ਹੋਣਾ 40% ਵਾਲੇ ਨੂੰ ਵੀ ਦਾਖਲਾ ਮਿਲੀ ਜਾ ਰਿਹਾ ਸੀਗਾ ਜੇਕਰ ਤੁਹਾਡੇ ਪੜ੍ਹਾਈ 'ਚ ਨੰਬਰ ਘੱਟ ਹੈਗੇ ਆ ਨਾ ਅਪਲਾਈ ਕਰਿਓ ਪੈਸੇ ਖਰਾਬ ਕਰੋਗੇ ਆਪਣੇ ਵੀਜ਼ਾ ਤਾਂ ਮਿਲਣਾ ਜੇਕਰ ਤੁਹਾਡੇ ਨੰਬਰ ਚੰਗੇ ਆ ਤੁਹਾਡੇ ਆਇਲਸ ਦੇ ਵਿੱਚ ਚੰਗੇ ਸਕੋਰ ਹੈਗੇ ਆ ਫਿਰ ਤੁਹਾਨੂੰ ਕੈਨੇਡਾ ਨੇ ਵੀਜ਼ਾ ਦੇਣਾ ਜੇਕਰ ਨੰਬਰ ਥੋੜੇ ਹੈਗੇ ਆ ਫਿਰ ਵੀ ਅਪਲਾਈ ਕਰੋਗੇ ਤਾਂ ਵੀ ਨਹੀਂ ਵੀਜ਼ਾ ਮਿਲਣਾ ਕੈਨੇਡਾ ਜਾਣਾ ਚਾਹੁੰਦੇ ਜੇ ਹੋਰ ਕਿਤੇ ਨਹੀਂ ਜਾਣਾ ਚਾਹੁੰਦੇ ਸਿਰਫ ਬੈਚਲਰ ਡਿਗਰੀ ਜਾਂ ਮਾਸਟਰ ਡਿਗਰੀ ਚ ਅਪਲਾਈ ਕਰੋਗੇ ਤੁਹਾਡੀ ਇੰਟੈਂਸ਼ਨ ਕਲੀਅਰ ਹੁੰਦੀ ਹੈ ਤੁਹਾਨੂੰ ਵੀਜ਼ਾ ਮਿਲਦਾ ਵਾ ਜਦੋਂ ਅਸੀਂ ਡਿਪਲੋਮਿਆਂ ਦੇ ਵਿੱਚ ਅਪਲਾਈ ਕਰਾਂਗੇ ਘੱਟ ਨੰਬਰਾਂ ਨਾਲ ਅਪਲਾਈ ਕਰਾਂਗੇ ਰਿਫਿਊਜ਼ਲ ਦਾ ਸਾਹਮਣਾ ਕਰ ਦੇਖਣਾ ਪਏਗਾ ਜੀ ਸੋ ਦੇਖਣ ਵਾਸਤੇ ਇਸ ਦਾ ਅੰਦਾਜ਼ਾ ਹੈ ਕਿ ਓਮ ਗਲੋਬਲ ਤੋਂ ਵੀਜ਼ਾ ਐਕਸਪੋਰਟ ਬਿਨੇ ਹੈਰੀਜਸ ਅੰਨਗਲਪਤ ਕਰਨੇ ਇਸ ਮੌਜ ਤੇ ਔਰ ਜਿਵੇਂ ਉਹਨੇ ਗੱਲ ਕੀਤੀ ਕਿ ਆਸਟ੍ਰੇਲੀਆ ਦੇ ਵਿੱਚ ਕੁਝ ਇੱਕ ਕਾਲਜ ਇਹੋ ਜੇ ਸੀ ਜਿਨ੍ਹਾਂ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਬੱਚਿਆਂ ਦੀ ਐਡਮਿਸ਼ਨਸ ਲੈਣੀਆਂ ਬੰਦ ਕਰ ਦਿੱਤੀਆਂ ਨੇ ਸੋ ਦੇਖੀ ਤੇ ਕਿ ਬਾਕੀ ਕਾਲਜ ਨੇ ਵੀ ਥੋੜਾ ਜਿਹਾ ਮਨਾਈ ਕੀਤੀ ਹੈ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਬੱਚਿਆਂ ਨੂੰ ਐਡਮਿਸ਼ਨਸ ਜਾਂ ਸੀਓਈ ਨਹੀਂ ਦਿੱਤੇ ਜਾਣਗੇ ਸੋ ਇਹ ਦੱਸੂ ਆਸਟ੍ਰੇਲੀਆ ਦੀ ਗੱਲ ਸੋ ਕੈਨੇਡਾ ਦੀ ਗੱਲ ਕਰ ਲਈ ਤਾਂ ਵੀਰੇ ਜੀ ਨੇ ਜੋ ਦੱਸਿਆ ਕਿ ਕੁਝ ਇੱਕ ਵਿਦਿਆਰਥੀ ਇੱਕ ਪਾਰਟिकुलर ਕਾਲਜ ਦੇ ਵਿੱਚ ਪਾਰਟिकुलर ਕੋਰਸ ਦੇ ਵਿੱਚ ਐਡਮਿਸ਼ਨ ਲਈ ਜਾ ਰਹੇ ਸੀ ਜਿਸ ਕਰਕੇ ਜਿਹੜੇ ਨੇ ਉਹ ਦਾਖਲੇ ਬੰਦ ਕਰ ਦਿੱਤੇ ਨਗੇ ਨੇ ਜਾਂ ਵਿੱਚ ਸੀਟਾਂ ਕੱਟ ਸੀ ਪਰ ਵਿਦਿਆਰਥੀਆਂ ਦਾ ਰੁਝਾਨ ਜ਼ਿਆਦਾ ਸੀ ਜਿਸ ਕਰਕੇ ਸੀਟਾਂ ਫਿਲ ਹੋ ਗਈਆਂ ਕੁਝ ਇੱਕ ਵਿਦਿਆਰਥੀਆਂ ਦੇ ਰਿਫਿਊਜ਼ਲਸ ਇਸ ਕਰਕੇ ਵੀ ਖੋਲ ਮਲੇ ਰਹੇ ਸੋ ਵੀਰੇ ਜੀ ਮੇਨ ਡੈਸਟੀਨੇਸ਼ਨ ਆਸਟ੍ਰੇਲੀਆ ਕੈਨੇਡਾ ਨਿਊਜ਼ੀਲੈਂਡ ਇਹ ਵਿਦਿਆਰਥੀਆਂ ਦੇ ਵਿੱਚ ਕਾਫੀ ਸਮੇ ਤੋਂ ਮੰਨੇ ਜਾਂਦੇ ਸੀ ਜੀ ਕੁਝ ਟਾਈਮ ਪਹਿਲਾਂ ਨਿਊਜ਼ੀਲੈਂਡ ਨੇ ਜਿਹੜੇ ਨੇ ਆਪਣੇ ਵੀਜ਼ਾ ਪ੍ਰਣਾਲੀ ਦੇ ਵਿੱਚ ਥੋੜਾ ਚੇਂਜ ਕੀਤਾ ਫੰਡ ਜ਼ੂਮ ਲੈ ਕੇ ਥੋੜਾ ਚੇਂਜ ਕੀਤਾ ਪਹਿਲਾਂ ਸਭ ਤੋਂ ਪਹਿਲਾਂ ਉਹਨਾਂ ਨੇ ਆਇਲਸ ਨੋ ਆਇਲਸ ਪਹਿਲਾਂ ਵੀਜ਼ਾ ਮੰਗਦੇ ਸੀ ਫਿਰ ਆਇਲ ਸ਼ੁਰੂ ਕੀਤੀ ਫਿਰ ਫੰਡ ਦੇ ਵਿੱਚ ਚੇਂਜ ਕੀਤਾ ਉਸ ਤੋਂ ਬਾਅਦ ਕੈਨੇਡਾ ਵੀਜ਼ਾ ਰਿਫਿਊਜ਼ਲ ਸ਼ੁਰੂ ਕਰ ਦਿੱਤੇ ਆਸਟ੍ਰੇਲੀਆ ਵੀਜ਼ਾ ਰਿਫਿਊਜ਼ਲ ਸ਼ੁਰੂ ਕਰ ਦਿੱਤੇ ਸੋ ਤਿੰਨੇ ਦਰਵਾਜ਼ੇ ਬੰਦ ਹੋ ਗਏ ਨਿਊਜ਼ੀਲੈਂਡ ਦਾ ਦਰਵਾਜ਼ਾ ਕੈਨੇਡਾ ਦਾ ਦਰਵਾਜ਼ਾ ਔਰ ਆਸਟ੍ਰੇਲੀਆ ਦਾ ਦਰਵਾਜ਼ਾ ਅੱਜ ਵੀ ਵਿਦਿਆਰਥੀ ਕਿੱਥੇ ਅਪਲਾਈ ਕਰੇ ਦੇਖੋ ਅੱਜ ਜੀ ਵਿਦਿਆਰਥੀ ਜ ਟੇਢੇ ਭਰਨ ਵਾਸਤੇ ਬੰਦਾ ਕੋਈ ਵੀ ਚੀਜ਼ ਖਾ ਲੈਂਦਾ ਵਾ ਅੱਜ ਵਿਦਿਆਰਥੀ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਵਾ ਜਦੋਂ ਕਿਸੇ ਕੰਟਰੀ ਦਾ ਵੀਜ਼ਾ ਨਹੀਂ ਮਿਲਦਾ ਪਿਆ ਹਰ ਵਿਦਿਆਰਥੀ ਅੱਜ ਸਿੰਗਾਪੁਰ ਵਾਲੇ ਪਾਸੇ ਤੁਰ ਪਿਆ ਵਾ ਏਜੰਟ ਵੱਲੋਂ ਗੁੰਮਰਾਹ ਕੀਤਾ ਜਾਂਦਾ ਵਾ ਏਜੰਟਾਂ ਦੀਆਂ ਦੁਕਾਨਾਂ ਚੱਲ ਪਈਆਂ ਪੋਲੈਂਡ ਦੇ ਨਾਂ ਤੇ ਪੋਲੈਂਡ ਦੇ ਨਾਂ ਤੇ ਠੱਗੀਆਂ ਸ਼ੁਰੂ ਹੋ ਗਈਆਂ ਕੁਝ ਵੱਖਰੇ ਤਰੀਕੇ ਨਾਲ ਐਡ ਕਰੀ ਜਾ ਰਿਹਾ ਵਾ ਜੀ ਸਿੰਗਾਪੁਰ ਚਲੋ 6 ਮਹੀਨੇ ਪੜੋ 6 ਮਹੀਨੇ ਕੰਮ ਕਰੋ ਇਦਾਂ ਦਾ ਕੁਝ ਨਹੀਂ ਹੁੰਦਾ ਤਾਂ ਤੁਸੀਂ ਕਾਮਯਾਬ ਹੋਗੇ ਜੇਕਰ ਤੁਹਾਨੂੰ ਇੰਗਲਿਸ਼ ਆਂਦੀ ਹੈ ਬਿਨਾ ਆਈਲਸ ਦੇ ਕਿਸੇ ਵੀ ਕੰਟਰੀ ਚ ਅਪਲਾਈ ਕਰੋਗੇ ਵੀਜ਼ਾ ਨਹੀਂ ਮਿਲਣਾ। ਆ ਬਾਹਰ ਜਾਣਾ ਚਾਹੁੰਦੇ ਜੇ ਸਿੰਗਾਪੁਰ ਚਲੇ ਜਾਓ ਬੜੀ ਵਧੀਆ ਕੰਟਰੀ ਆ ਜੇ ਤੋਕਰ ਤੁਹਾਡੇ ਕੋਲ ਪੈਸੇ ਹੈਗੇ ਕੰਮ ਕਰਨਾ ਉਥੇ ਲਾਉਡ ਨਹੀਂ ਹੈਗਾ ਕੰਮ ਕਰਦੇ ਫੜੇਗੇ ਤਾਂ ਜੇਲ ਹੋਏਗੀ। ਵਧੇਰੀ ਜਾਣਕਾਰੀ ਲਈ ਸੰਪਰਕ ਕਰੋ ਓਮ ਗਲੋਬਲ ਜਲੰਧਰ ਹੈਲਪਲਾਈਨ 73075 30886 ਤੇ 85910 18586 ਹੈਲਪਲਾਈਨ 73075 30886 ਤੇ 85910 18586 ਅੱਜ ਚੰਗੀ ਕੰਟਰੀ ਚ ਜਾਣਾ ਚਾਹੁੰਦੇ ਹੋ? ਨਿਊਜ਼ੀਲੈਂਡ ਪਹਿਲਾਂ ਵੀ ਵਧੀਆ ਡੈਸਟੀਨੇਸ਼ਨ ਸੀਗੀ ਅੱਜ ਵੀ ਬੜੀ ਵਧੀਆ ਡੈਸਟੀਨੇਸ਼ਨ ਹੈ ਨਿਊਜ਼ੀਲੈਂਡ ਸਰਕਾਰ ਨੇ ਕੋਈ ਰੂਲ ਰੈਗੂਲੇਸ਼ਨ ਚੇਂਜ ਨਹੀਂ ਕੀਤੇ ਕਦੀ ਵੀ ਨਿਊਜ਼ੀਲੈਂਡ ਨੇ ਅੱਜ ਤੱਕ ਕਿਸੇ ਵੀ ਸਟੂਡੈਂਟ ਨੂੰ ਵਿਦਾਊਟ ਆਇਲਸ ਦਾਖਲਾ ਨਹੀਂ ਮਿਲਿਆ ਕਿਸੇ ਵੀ ਸਟੂਡੈਂਟ ਨੂੰ ਵਿਦਾਊਟ ਆਇਲਸ ਵਿਦਾਊਟ ਇੰਗਲਿਸ਼ ਦੇ ਐਡਮਿਸ਼ਨ ਨਹੀਂ ਮਿਲੀ ਵੀਜ਼ਾ ਨਹੀਂ ਮਿਲਿਆ ਇਹ ਜਿੰਨੀ ਕਾਰਸਤਾਨੀ ਸੀਗੀ ਇਹ ਸਾਰੀ ਜਨਤਾ ਨੇ ਆਪ ਤਿਆਰ ਕੀਤੀ ਸੀਗੀ ਪਲੇਸਮੈਂਟ ਟੈਸਟ ਨਿਊਜ਼ੀਲੈਂਡ ਐਮਬੈਸੀ ਲੈਂਦੀ ਸੀਗੀ ਕਿ ਤੁਸੀਂ ਅੰਗਰੇਜ਼ੀ ਨਹੀਂ ਆਂਦੀ ਤੁਸੀਂ ਆ ਟੈਸਟ ਦੇ ਕੇ ਆ ਸਕਦੇ ਜੇ ਜਿੱਦਾਂ ਆਇਲਸ ਦਾ ਟੈਸਟ ਹੈ ਉਹਦਾਂ ਦਾ ਪਲੇਸਮੈਂਟ ਟੈਸਟ ਹੁੰਦਾ ਸੀਗਾ ਉਹ ਫਰਜੀ ਤਰੀਕੇ ਨਾਲ ਜਨਟਾ ਨੇ ਆਪਣੇ ਦਫ਼ਤਰਾਂ ਦੇ ਵਿੱਚ ਟੈਸਟ ਕਰਾਉਣਾ ਸ਼ੁਰੂ ਕਰਤਾ ਐਡ ਸ਼ੁਰੂ ਹੋ ਗਈ ਵਿਦਆਊਟ ਆਇਲਸ ਦੇ ਨਾਂ ਤੇ ਚੱਲੋ ਸਟੂਡੈਂਟ ਨੇ ਪੰਜਾਬੀ ਮੀਡੀਅਮ ਚ ਪੜਿਆ ਹੁੰਦਾ ਵੈ ਅੰਬੈਸੀ ਨੂੰ ਇੰਗਲਿਸ਼ ਮੀਡੀਅਮ ਦੀ ਲੈਟਰ ਜਾਲੀ ਦੇਣੀ ਸ਼ੁਰੂ ਕਰਤੀ ਕਿ ਬੱਚਾ ਇੰਗਲਿਸ਼ ਮੀਡੀਅਮ ਚ ਪੜਿਆ ਹੈ ਦੀ ਇੰਗਲਿਸ਼ ਵੇਵ ਕਰ ਦਿੱਤੀ ਜਾਏ ਨਿਊਜ਼ੀਲੈਂਡ ਸਰਕਾਰ ਨੇ ਪਹਿਲੇ ਦਿਨ ਤੋਂ ਅੱਜ ਮੈਨੂੰ ਕੰਮ ਕਰਦਿਆਂ 7 ਸਾਲ ਹੋ ਗਏ ਆ 7 ਸਾਲ ਪਹਿਲਾਂ ਜੋ ਰੂਲ ਸੀਗੇ ਅੱਜ ਵੀ ਉਹੀ ਰੂਲ ਨੇ ਇੱਕ ਕਿਤਾਬ ਹੈ ਰੂਲ ਰੈਗੂਲੇਸ਼ਨ ਦੀ ਉਹਦੇ ਵਿੱਚ ਲਿਖਿਆ ਗਿਆ ਵਾ ਪੂਰੀ ਦੁਨੀਆ 'ਚ ਸਭ ਤੋਂ ਵਧੀਆ ਐਮਬੈਸੀ ਨਿਊਜ਼ੀਲੈਂਡ ਦੀ ਐਮਬੈਸੀ ਜਿਹੜੀ ਤੁਹਾਨੂੰ ਸਾਰਾ ਕੁਝ ਲਿਖ ਕੇ ਦਿੰਦੀ ਆ ਤੁਹਾਨੂੰ ਰਿਫਿਊਜ਼ਲ ਦੇ ਵਿੱਚ ਵੀ ਕੱਲੀ-ਕੱਲੀ ਚੀਜ਼ ਲਿਖ ਕੇ ਦਿੱਤੀ ਜਾਂਦੀ ਤੁਹਾਨੂੰ ਵੀਜ਼ਾ ਕਿਉਂ ਨਹੀਂ ਮਿਲਿਆ ਸਾਰੇ ਪੈਰਾਮੀਟਰ ਸਾਹਮਣੇ ਹੈਗੇ ਆ ਜਦੋਂ ਤੁਸੀਂ ਕੋਈ ਸ਼ਾਰਟਕਟ ਲੱਭਣ ਦੀ ਕੋਸ਼ਿਸ਼ ਕਰੋਗੇ ਕੋਈ ਫਰਜੀ ਵਾਲਾ ਕਰੋਗੇ ਵੀਜ਼ਾ ਰਿਫਿਊਜ਼ ਹੋਏਗਾ ਤੁਸੀਂ ਬੈਚਲਰ ਕੀਤੀ ਆ ਤੁਸੀਂ ਲੈਵਲ 5 ਚ ਅਪਲਾਈ ਕਰੋਗੇ ਵੀਜ਼ਾ ਰਿਫਿਊਜ਼ ਹੋਏਗਾ ਕਿਉਂ ਅਸੀਂ ਅਪਲਾਈ ਕਰਦੇ ਆ ਸਾਡੇ ਬੈਂਡ ਘੱਟ ਆ ਅੱਜ ਨਿਊਜ਼ੀਲੈਂਡ 12ਵੀਂ ਤੋਂ ਬਾਅਦ ਜਾਣਾ ਤਾਂ 6 ਬੈਂਡ ਚਾਹੀਦੇ ਆ ਬੈਚਲਰ ਤੋਂ ਬਾਅਦ ਜਾਣਾ ਸਾਡੇ 6 ਬੈਂਡ ਚਾਹੀਦੇ ਆ ਸਾਡੇ 5 ਬੈਂਡ ਦੇ ਉੱਤੇ ਕੁਛੇ ਕੋਰਸ ਹੈਗੇ ਆ ਜਿਹਦੇ ਚ ਕੁੱਕਰੀ ਦਾ ਕੋਰਸ ਆ ਜਿਹਦੇ ਚ ਹਾਰਟੀਕਲਚਰ ਦਾ ਕੋਰਸ ਆ ਜਿਹਦੇ ਚ ਡੇਰੀ ਫਾਰਮਿੰਗ ਦਾ ਕੋਰਸ ਆ ਜਿਹਦੇ ਚ ਹੋਟਲ ਮੈਨੇਜਮੈਂਟ ਦਾ ਕੋਰਸ ਆ ਜੇਕਰ ਕੋਈ ਐਦਾਂ ਦਾ ਕੋਰਸ ਲਓਗੇ ਜਦੀ ਰਿਕੁਆਇਰਮੈਂਟ 6 ਬੈਂਡ ਆ ਤੁਹਾਡੇ 5 ਸਾਢੇ ਰਿਫਿਊਜ਼ ਹੋ ਜਾਣਾ ਮੈਜੋਰਿਟੀ ਕੋਰਸਾਂ ਦੀ ਰਿਕੁਆਇਰਮੈਂਟ 6 ਬੈਂਡ ਹੈ 5.5 ਤੇ ਵੀ ਦਾਖਲਾ ਹੋ ਜਾਂਦਾ ਵਾ ਜੀ ਸੁਵਿਨੇ ਜੀ ਬਹੁਤ ਬਹੁਤ ਸ਼ੁਕਰੀਆ ਜਨਕਾਇ ਲਈ ਧੰਨਵਾਦ ਜੀ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਓਮ ਗਲੋਬਲ ਜਲੰਧਰ ਹੈਲਪਲਾਈਨ 73075 3886 ਤੇ 85910 18586 ਹੈਲਪਲਾਈਨ 73075 3886 ਤੇ 85910 18586